ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਪੂਰਾ ਦਿਨ ਪਾਠ ਪੂਜਾ ਨਹੀਂ ਕਰਦੇ, ਭਜਨ ਬੰਦਗੀ ਨਹੀਂ ਕਰ ਪਾਉਂਦੇ। ਭਾਵੇਂ ਪਿੱਛੇ ਦਾ ਕਾਰਨ ਉਹਨਾਂ ਦੇ ਕੰਮ ਧੰਦੇ ਨੇ, ਜਾਂ ਫਿਰ ਕਈ ਭੈਣ ਭਰਾ ਕਹਿ ਦਿੰਦੇ ਭਜਨ ਬੰਦਗੀ ਦੇ ਵਿੱਚ ਮਨ ਨਹੀਂ ਟਿਕਦਾ, ਜਦੋਂ ਵੀ ਪੂਜਾ ਪਾਠ ਕਰਨ ਬੈਠਦੇ ਹਾਂ ਤਾਂ ਮਨ ਇੱਧਰ ਉੱਧਰ ਭੱਜਣ ਲੱਗਦਾ ਹੈ, ਸਾਡੇ ਤੋਂ ਪਾਠ ਕੀਤਾ ਨਹੀਂ ਜਾਂਦਾ। ਤਾਂ ਉਹਨਾਂ ਦੇ ਨਾਲ ਆਪਾਂ ਅੱਜ ਬੜਾ ਸੌਖਾ ਜਿਹਾ ਤਰੀਕਾ ਸਾਂਝਾ ਕਰਾਂਗੇ ਕਿ ਰੱਬ ਦਾ ਨਾਮ ਕਿੰਝ ਜਪਿਆ ਜਾਂਦਾ ਹੈ, ਕਿੰਝ ਸਾਡਾ ਮਨ ਭਜਨ ਬੰਦਗੀ ਦੇ ਵਿੱਚ ਲੱਗਦਾ ਹੈ। ਤਾਂ ਇਹ ਜਾਣਨ ਦੇ ਲਈ ਤੁਹਾਨੂੰ ਸਾਰੀ ਵੀਡੀਓ ਨੂੰ ਅੰਤ ਤੱਕ ਸੁਣਨਾ ਪੈਣਾ ਹੈ। ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਆਪਣੇ ਵਿਚਾਰ ਸਵਾਲ ਜ਼ਰੂਰ ਲਿਖਿਆ ਕਰੋ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇੱਦਾਂ ਕਹਿੰਦੇ ਨਾ, ਇੱਕ ਵਾਰ ਦੀ ਗੱਲ ਆ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ, ਭਜਨ ਬੰਦਗੀ ਕਰਨ ਵਾਲੀ ਰੂਹ ਸਾਰਾ ਸਾਰਾ ਦਿਨ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠੇ ਰਹਿੰਦੇ। ਜਦ ਕੋਈ ਮਨੁੱਖ ਉਹਨਾਂ ਦੇ ਕੋਲ ਆਉਂਦਾ ਤਾਂ ਆਪਣੀਆਂ ਅੱਖਾਂ ਖੋਲ੍ਹਦੇ, ਉਹਦੇ ਨਾਲ ਗੱਲਬਾਤ ਕਰਦੇ, ਨਹੀਂ ਤਾਂ ਬਹੁਤਾ ਸਮਾਂ ਭਜਨ ਬੰਦਗੀ ਦੇ ਵਿੱਚ ਲੱਗੇ ਰਹਿੰਦੇ। ਕਹਿੰਦੇ ਇੱਕ ਮਨੁੱਖ ਰੋਜ਼ ਉੱਥੋਂ ਲੰਘ ਕੇ ਕੰਮ 'ਤੇ ਜਾਇਆ ਕਰਦਾ ਸੀ। ਉਹ ਰੋਜ਼ਾਨਾ ਦੇਖਦਾ ਕਿ ਸੰਤ ਜੀ ਸਾਰਾ ਸਾਰਾ ਦਿਨ ਭਜਨ ਬੰਦਗੀ ਕਰਦੇ ਨੇ। ਕਹਿੰਦੇ ਇੱਕ ਦਿਨ ਉਹ ਮਨੁੱਖ ਸੰਤ ਜੀ ਦੇ ਕੋਲ ਗਿਆ, ਜਾ ਕੇ ਕਹਿਣ ਲੱਗਾ, ਸੰਤ ਜੀ ਤੁਸੀਂ ਪਤਾ ਨਹੀਂ ਸਾਰਾ ਸਾਰਾ ਦਿਨ ਭਜਨ ਬੰਦਗੀ ਕਿੰਝ ਕਰ ਲੈਂਦੇ ਹੋ, ਕਿੰਝ ਰੱਬ ਨੂੰ ਯਾਦ ਕਰ ਲੈਂਦੇ ਹੋ, ਸਾਨੂੰ ਤਾਂ ਸਮਾਂ ਨਹੀਂ ਮਿਲਦਾ, ਜੇ ਸਮਾਂ ਮਿਲ ਵੀ ਜਾਵੇ ਤਾਂ ਸਾਡੇ ਤੋਂ ਤਾਂ ਇੰਨਾ ਚਿਰ ਬੈਠਿਆ ਨਹੀਂ ਜਾਂਦਾ, ਅਸੀਂ ਤਾਂ 5 ਮਿੰਟ ਚੌਂਕੜਾ ਮਾਰ ਕੇ ਬੈਠੀਏ ਤਾਂ ਕਈ ਤਰ੍ਹਾਂ ਦੇ ਖਿਆਲ ਸਾਡੇ ਮਨ ਦੇ ਵਿੱਚ ਆਉਂਦੇ ਨੇ, ਅਸੀਂ ਤਾਂ ਰੱਬ ਨੂੰ ਯਾਦ ਕਰ ਹੀ ਨਹੀਂ ਪਾਉਂਦੇ, ਸਾਨੂੰ ਵੀ ਕੋਈ ਐਸਾ ਤਰੀਕਾ ਦੱਸੋ ਕਿ ਅਸੀਂ ਵੀ ਭਜਨ ਬੰਦਗੀ ਕਰ ਸਕੀਏ, ਰੱਬ ਨੂੰ ਯਾਦ ਕਰ ਸਕੀਏ, ਜਾਂ ਇਹ ਦੇਖ ਕੇ ਦੱਸੋ ਵੀ ਸਾਡੇ ਕਰਮਾਂ ਦੇ ਵਿੱਚ ਰੱਬ ਨੇ ਭਜਨ ਬੰਦਗੀ ਕਰਨਾ ਲਿਖਿਆ ਵੀ ਆ ਜਾਂ ਨਹੀਂ ਲਿਖਿਆ। ਕਹਿੰਦੇ ਸੰਤ ਜੀ ਨੇ ਉਹ ਮਨੁੱਖ ਵੱਲ ਦੇਖਿਆ ਤਾਂ ਸਮਝ ਗਏ। ਸੰਤ ਜੀ ਨੇ ਮਨ ਵਿੱਚ ਸੋਚਿਆ ਵੀ ਇਹ ਬੰਦੇ ਨੇ ਹੋਰ ਵੀ ਪਤਾ ਨਹੀਂ ਕਿੰਨੇ ਲੋਕਾਂ ਤੋਂ ਭਜਨ ਬੰਦਗੀ ਕਰਨ ਬਾਰੇ ਪੁੱਛਿਆ ਹੋਵੇਗਾ, ਪਰ ਕੀਤਾ ਕੁਝ ਨਹੀਂ ਹੋਣਾ, ਸਿਰਫ ਜਾਣਕਾਰੀ ਹਾਸਲ ਕੀਤੀ ਆ। ਇਸ ਕਰਕੇ ਸੰਤ ਜੀ ਨੇ ਮਨ ਵਿੱਚ ਸੋਚਿਆ ਵੀ ਇਹਨੂੰ ਦੱਸਣਾ ਨਹੀਂ, ਹੁਣ ਇਹਨੂੰ ਕਰਕੇ ਹੀ ਵਿਖਾਉਣਾ ਹੈ। ਸੰਤ ਜੀ ਨੇ ਕਿਹਾ, ਲਿਆ ਪੁੱਤਰ ਆਪਣਾ ਹੱਥ ਅੱਗੇ ਕਰ, ਅਸੀਂ ਹੁਣੇ ਵੇਖ ਕੇ ਦੱਸ ਦਿੰਦੇ ਹਾਂ ਵੀ ਤੇਰੇ ਕਰਮਾਂ ਦੇ ਵਿੱਚ ਭਜਨ ਬੰਦਗੀ ਲਿਖੀ ਆ ਜਾਂ ਨਹੀਂ ਲਿਖੀ। ਕਹਿੰਦੇ ਸੰਤ ਜੀ ਨੇ ਹੱਥ ਦੇਖਿਆ ਤਾਂ ਕਿਹਾ, ਉਹ ਭਲਿਆ, ਤੂੰ ਰੱਬ ਨੂੰ ਯਾਦ ਕਰਨ ਦੀਆਂ ਗੱਲਾਂ ਕਰਦਾ ਏ, ਭਜਨ ਬੰਦਗੀ ਦੀਆਂ ਗੱਲਾਂ ਕਰਦਾ ਏ, ਤੇਰੇ ਕੋਲ ਤਾਂ ਸਮਾਂ ਹੀ ਬਹੁਤ ਘੱਟ ਆ, ਤੇਰੀ ਜ਼ਿੰਦਗੀ ਦੇ ਸਿਰਫ 10 ਦਿਨ ਬਚੇ ਆ, ਤੂੰ ਰੱਬ ਤੋਂ ਕੀ ਲੈਣਾ ਏ, ਤੂੰ ਆਪਣੇ ਕੰਮ ਧੰਦੇ ਨਿਪਟਾ ਲਾ, ਜੋ ਵੀ ਜ਼ਰੂਰੀ ਕੰਮ ਨੇ ਨਾ ਉਹ ਕਰ ਲਾ। ਕਹਿੰਦੇ ਉਹ ਮਨੁੱਖ ਨੇ ਜਦੋਂ ਹੀ ਆਪਣੀ ਮੌਤ ਦਾ ਨਾਮ ਸੁਣਿਆ ਤਾਂ ਉਹਨੂੰ ਤਾਂ ਸਭ ਕੁਝ ਭੁੱਲ ਗਿਆ, ਯਾਦ ਰਿਹਾ ਸਿਰਫ ਰੱਬ। ਕਹਿੰਦੇ ਉਸੇ ਵੇਲੇ ਉੱਥੋਂ ਚਲਿਆ ਗਿਆ। ਹੁਣ ਉਹ ਸਾਰਾ ਸਾਰਾ ਦਿਨ ਭਜਨ ਬੰਦਗੀ ਕਰਦਾ, ਰੱਬ ਦਾ ਨਾਮ ਜਪਦਾ, ਅਤੇ ਜਿਨ੍ਹਾਂ ਦਾ ਉਹਨੇ ਦਿਲ ਦਿਖਾਇਆ ਸੀ ਉਹ ਇਕੱਲੇ ਇਕੱਲੇ ਕੋਲੋਂ ਜਾ ਕੇ ਉਹਨੇ ਮਾਫ਼ੀ ਮੰਗੀ, ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਕੀਤੀਆਂ।
ਜੇਕਰ ਇਹਦਾ ਕਿਸੇ ਨੇ ਮਾੜਾ ਕੀਤਾ ਸੀ ਤਾਂ ਉਹਨਾਂ ਨੂੰ ਵੀ ਮਾਫ਼ ਕਰ ਦਿੱਤਾ। ਭਾਵ ਕਿ ਜ਼ਿੰਦਗੀ ਦੇ ਜੋ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਸਨ, ਰੋਸੇ ਗਿਲੇ ਸੀ, ਸਾਰੇ ਮਿਟਾ ਦਿੱਤੇ। ਭਜਨ ਬੰਦਗੀ ਦੇ ਵਿੱਚ ਅਤੇ ਦਾਨ ਪੁੰਨ ਦੇ ਵਿੱਚ ਸਮਾਂ ਬਿਤਾਉਣ ਲੱਗਾ। ਕਹਿੰਦੇ ਇੱਦਾਂ ਹੀ ਇੱਕ ਦਿਨ ਬੀਤ, ਦੋ ਦਿਨ ਬੀਤ, ਕਰਦਿਆਂ ਕਰਦਿਆਂ 10 ਦਿਨ ਬੀਤ ਗਏ, ਪਰ ਇਹਨੂੰ ਕੋਈ ਪਤਾ ਨਹੀਂ। ਇਹ ਤਾਂ ਭਜਨ ਬੰਦਗੀ ਦੇ ਵਿੱਚ ਦਾਨ ਪੁੰਨ ਦੇ ਕੰਮਾਂ ਦੇ ਵਿੱਚ ਲੱਗਾ ਰਿਹਾ। ਕਹਿੰਦੇ ਜਦੋਂ 13ਵਾਂ ਦਿਨ ਹੋਇਆ ਤਾਂ ਇਹਨੂੰ ਯਾਦ ਆਇਆ ਕਿ ਸੰਤ ਜੀ ਨੇ ਤਾਂ ਕਿਹਾ ਸੀ ਕਿ ਤੇਰੇ ਕੋਲ 10 ਦਿਨ ਬਚੇ ਨੇ, ਪਰ ਅੱਜ ਤਾਂ 13ਵਾਂ ਦਿਨ ਹੋ ਗਿਆ, ਮੈਨੂੰ ਤਾਂ ਕੁਝ ਨਹੀਂ ਹੋਇਆ। ਕਿ ਸੰਤ ਜੀ ਨੇ ਮੈਨੂੰ ਝੂਠ ਬੋਲਿਆ? ਕਹਿੰਦੇ ਉਸੇ ਵੇਲੇ ਸੰਤ ਜੀ ਦੇ ਕੋਲ ਆਇਆ, ਆ ਕੇ ਕਹਿਣ ਲੱਗਾ, ਸੰਤ ਜੀ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਕਿ ਤੇਰੇ ਕੋਲ 10 ਦਿਨ ਬਚੇ ਨੇ, 10 ਦਿਨਾਂ ਬਾਅਦ ਤੇਰੀ ਮੌਤ ਹੋ ਜਾਣੀ ਆ, ਪਰ ਅੱਜ ਤਾਂ 13 ਦਿਨ ਹੋ ਗਏ, ਮੈਂ ਤੁਹਾਡੇ ਸਾਹਮਣੇ ਜ਼ਿੰਦਾ ਖੜਿਆ ਹਾਂ, ਮੈਨੂੰ ਮੌਤ ਆਈ ਨਹੀਂ, ਕੀ ਤੁਸੀਂ ਮੈਨੂੰ ਝੂਠ ਬੋਲਿਆ? ਸੰਤ ਜੀ ਨੇ ਕਿਹਾ, ਭਾਈ ਜੇ ਮੈਂ ਤੈਨੂੰ 10 ਦਿਨਾਂ ਦਾ ਕਿਹਾ ਸੀ ਤਾਂ ਫਿਰ ਤੂੰ 10ਵੇਂ ਦਿਨ ਕਿਉਂ ਨਹੀਂ ਆਇਆ? ਤਾਂ ਮਨੁੱਖ ਨੇ ਕਿਹਾ, ਸੰਤ ਜੀ ਮੈਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜੀ ਰਿਹਾ। ਸੰਤ ਜੀ ਨੇ ਕਿਹਾ, ਕਿਹੜੇ ਕੰਮ ਕੀਤੇ? ਤਾਂ ਉਹਨੇ ਸਾਰੀ ਗੱਲਬਾਤ ਦੱਸੀ ਵੀ ਜਿਸ ਦਿਨ ਦਾ ਤੁਸੀਂ ਮੈਨੂੰ ਮੇਰੀ ਮੌਤ ਬਾਰੇ ਦੱਸਿਆ ਹੈ ਨਾ, ਮੈਂ ਤਾਂ ਸਾਰਾ ਦਿਨ ਰੱਬ ਨੂੰ ਯਾਦ ਕਰਦਾ ਰਹਿੰਦਾ ਹਾਂ, ਭਲੇ ਦੇ ਕੰਮ ਕਰਦਾ ਹਾਂ, ਜਿੱਥੇ ਵੀ ਕੋਈ ਲੋੜਵੰਦ ਦਿਸਦਾ ਹੈ ਉਹਦੀ ਮਦਦ ਕਰਦਾ ਹਾਂ, ਜਿਹਨਾਂ ਲੋਕਾਂ ਦਾ ਮੈਂ ਮਾੜਾ ਕੀਤਾ ਸੀ, ਜੋ ਦਿਲ ਦਿਖਾਇਆ ਸੀ ਉਹਨਾਂ ਤੋਂ ਮੈਂ ਮਾਫ਼ੀ ਮੰਗੀ ਆ, ਅਤੇ ਜਿਹਨਾਂ ਲੋਕਾਂ ਨੇ ਮੇਰਾ ਮਾੜਾ ਕੀਤਾ ਸੀ, ਮੈਨੂੰ ਮਾੜਾ ਕਿਹਾ ਸੀ, ਉਹਨਾਂ ਨੂੰ ਮੈਂ ਮਾਫ਼ ਕਰ ਦਿੱਤਾ ਹੈ। ਇਸ ਤਰ੍ਹਾਂ ਇਹ ਸਾਰੇ ਕੰਮ ਕਾਰ ਕਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ 10 ਦਿਨ ਬੀਤ ਗਏ, ਅੱਜ 13ਵਾਂ ਦਿਨ ਹੋ ਗਿਆ। ਸੰਤ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਲਿਆ ਇਹੀ ਤੇਰੇ ਸਵਾਲ ਦਾ ਜਵਾਬ ਆ। ਤੂੰ ਮੈਨੂੰ ਪੁੱਛਿਆ ਸੀ ਨਾ ਕਿ ਮੈਂ ਸਾਰਾ ਦਿਨ ਰੱਬ ਦਾ ਨਾਮ ਕਿੰਜ ਜਪ ਲੈਂਦਾ ਹਾਂ, ਤਾਂ ਬਸ ਪੁੱਤ ਮੈਂ ਵੀ ਆਪਣੀ ਮੌਤ ਨੂੰ ਯਾਦ ਰੱਖਦਾ ਹਾਂ, ਕਿਉਂਕਿ ਮੌਤ ਇੱਕ ਅਟਲ ਸੱਚਾਈ ਆ। ਇਹ ਦੁਨੀਆਂ ਦੀ ਕਿਸੇ ਵੀ ਚੀਜ਼ ਦੇ ਉੱਤੇ ਦਾਵਾ ਨਹੀਂ ਕੀਤਾ ਜਾ ਸਕਦਾ, ਪੱਕੀ ਗਰੰਟੀ ਨਹੀਂ ਲਈ ਜਾ ਸਕਦੀ ਵੀ ਆਹ ਕੰਮ ਇੱਦਾਂ ਹੋਵੇਗਾ। ਆਪਾਂ ਆਪਣੇ ਬੱਚਿਆਂ ਦੀ ਗਰੰਟੀ ਵੀ ਨਹੀਂ ਚੁੱਕ ਸਕਦੇ। ਇੱਕ ਛੋਟਾ ਬੱਚਾ ਸਾਡੇ ਘਰ ਦੇ ਵਿੱਚ ਜਨਮ ਲੈਂਦਾ ਹੈ, ਸਾਨੂੰ ਨਹੀਂ ਪਤਾ ਉਹਦੀ ਉਮਰ ਕਿੰਨੀ ਆ, ਸਾਨੂੰ ਨਹੀਂ ਪਤਾ ਉਹਨੇ ਵੱਡਾ ਹੋ ਕੇ ਸਾਡੇ ਕਹਿਣੇ ਦੇ ਵਿੱਚ ਰਹਿਣਾ ਹੈ ਜਾਂ ਨਹੀਂ ਰਹਿਣਾ, ਸਾਡੇ ਆਖੇ ਲੱਗੇਗਾ ਜਾਂ ਨਹੀਂ ਲੱਗੇਗਾ, ਪਤਾ ਨਹੀਂ ਇਹ ਪੜ੍ਹੇ ਲਿਖੇਗਾ ਜਾਂ ਕੀ ਕੰਮ ਕਰੇਗਾ, ਪਤਾ ਨਹੀਂ ਵੱਡੇ ਹੋ ਕੇ ਇਹਦਾ ਵਿਆਹ ਹੋਣਾ ਹੈ ਕਿ ਨਹੀਂ ਹੋਣਾ, ਜੇ ਵਿਆਹ ਹੋ ਗਿਆ ਤਾਂ ਪਤਾ ਨਹੀਂ ਇਹਦੇ ਧੀਆਂ ਪੁੱਤਰ ਹੋਣਗੇ ਕਿ ਨਹੀਂ। ਭਾਵ ਕਿ ਕਿਸੇ ਵੀ ਚੀਜ਼ ਦੇ ਉੱਤੇ ਸਾਡਾ ਕੋਈ ਪੱਕਾ ਦਾਵਾ ਨਹੀਂ ਆ, ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਵੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਕੰਮ ਇੱਦਾਂ ਹੋਣਾ ਹੈ, ਪਰ ਇੱਕ ਚੀਜ਼ ਦੇ ਉੱਤੇ ਸਾਡਾ ਪੱਕਾ ਦਾਵਾ ਹੈ, ਅਸੀਂ ਗਰੰਟੀ ਦੇ ਨਾਲ ਕਹਿ ਸਕਦੇ ਹਾਂ ਕਿ ਜੋ ਬੰਦਾ ਜੰਮਿਆ ਹੈ ਨਾ ਉਹਨੇ ਇੱਕ ਨਾ ਇੱਕ ਦਿਨ ਮਰਨਾ ਵੀ ਜ਼ਰੂਰ ਆ, ਕਿਉਂਕਿ ਮੌਤ ਅਟਲ ਸੱਚਾਈ ਆ, ਇਹਨੂੰ ਕੋਈ ਬਦਲ ਨਹੀਂ ਸਕਦਾ। ਜਿੰਨੀ ਸਵਾਸਾਂ ਦੀ ਪੂੰਜੀ ਸਾਨੂੰ ਮਿਲ ਗਈ ਹੈ ਨਾ ਉਨੀ ਹੀ ਭੋਗਣੀ ਆ, ਨਾ ਕੋਈ ਇੱਕ ਸਾਹ ਵੱਧ ਮਿਲਣਾ ਅਤੇ ਨਾ ਘੱਟ ਮਿਲਣਾ। ਜਿੱਥੇ ਲਿਖੀ ਆ ਬੰਦੇ ਨੇ ਉੱਥੇ ਵੀ ਆ ਪਰਮਾਤਮਾ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਨੂੰ ਉੱਥੇ ਲੈ ਜਾਣਾ ਹੈ। ਤਾਂ ਜਦੋਂ ਮੌਤ ਅਟਲ ਸੱਚਾਈ ਆ, ਇਹਨੇ ਇੱਕ ਦਿਨ ਆਉਣਾ ਹੈ ਅਤੇ ਇਹਦੇ ਆਉਣ ਦਾ ਪਤਾ ਵੀ ਨਹੀਂ ਆ ਕਿ ਕਦੋਂ ਆ ਜਾਵੇ, ਸਾਨੂੰ ਆਪਣੇ ਚੱਲ ਰਹੇ ਸਾਹਾਂ ਦੇ ਉੱਤੇ ਕੋਈ ਭਰੋਸਾ ਨਹੀਂ ਆ, ਆਹ ਇੱਕ ਸਾਹ ਆਇਆ ਅਗਲਾ ਆਵੇ ਜਾਂ ਨਾ ਆਵੇ ਕੋਈ ਪਤਾ ਨਹੀਂ ਆ। ਸੰਤ ਜੀ ਨੇ ਕਿਹਾ, ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ। ਫਿਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਅਸੀਂ ਰੱਬ ਨੂੰ ਛੱਡ ਕੇ ਹੋਰ ਚੀਜ਼ਾਂ ਨੂੰ ਯਾਦ ਕਿਉਂ ਕਰੀਏ? ਰੱਬ ਹਮੇਸ਼ਾ ਯਾਦ ਰਹਿਣਾ ਚਾਹੀਦਾ ਹੈ, ਕਿਉਂਕਿ ਰੱਬ ਨੇ ਹੀ, ਉਹ ਪਰਮ ਪਿਤਾ ਪਰਮਾਤਮਾ ਨੇ ਹੀ
ਸਾਡਾ ਪਾਰ ਉਤਾਰਾ ਕਰਨਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਭਰ ਪਲੈਨਿੰਗ ਕਰਨ ਦੇ ਵਿੱਚ ਲੱਗੇ ਰਹੇ ਕਿ ਆਹ ਕੰਮ ਇੱਦਾਂ ਕਰਨਾ ਹੈ, ਆਹ ਕੰਮ ਉੱਦਾਂ ਕਰਨਾ ਹੈ। ਪੈਸਾ ਇਕੱਠਾ ਕਰ ਕਰਕੇ ਰੱਖਿਆ ਕਿ ਭਵਿੱਖ ਦੇ ਵਿੱਚ ਕੰਮ ਆਵੇਗਾ, ਭਵਿੱਖ ਸੁਖਾਲਾ ਹੋਵੇਗਾ। ਪਰ ਆਉਣ ਵਾਲਾ ਕੱਲ੍ਹ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਆ ਕਿ ਅਸੀਂ ਆਉਣ ਵਾਲਾ ਕੱਲ੍ਹ ਦੇਖਣਾ ਹੈ ਕਿ ਨਹੀਂ ਦੇਖਣਾ। ਪਰ ਜਿਸ ਚੀਜ਼ ਬਾਰੇ ਸਾਨੂੰ ਪੱਕਾ ਪਤਾ ਹੈ ਕਿ ਮੌਤ ਨੇ ਇੱਕ ਨਾ ਇੱਕ ਦਿਨ ਆਉਣਾ ਹੀ ਆਉਣਾ ਹੈ, ਤਾਂ ਇਹਦੀ ਸਾਡੇ ਲਈ ਕੋਈ ਤਿਆਰੀ ਨਹੀਂ ਕੀਤੀ ਅਸੀਂ। ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਇੱਦਾਂ ਦੇ ਨੇ ਜੋ ਕਹਿੰਦੇ ਨੇ ਵੀ ਇਹ ਧਰਮ ਕਰਮ ਦੇ ਕੰਮ ਬੁਢਾਪੇ ਦੇ ਵਿੱਚ ਕਰਨੇ ਚੰਗੇ ਲੱਗਦੇ ਆ। ਜਦੋਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਜਾਵਾਂਗੇ ਤਾਂ ਕੋਈ ਗੱਲ ਨਹੀਂ, ਰੱਬ ਦਾ ਨਾਮ ਹੀ ਜਪਣਾ ਹੈ। ਵਿਹਲੇ ਹੋ ਕੇ ਰੱਬ ਦਾ ਨਾਮ ਜਪਾਂਗੇ, ਪਾਠ ਪੂਜਾ ਕਰਾਂਗੇ। ਪਰ ਨਾ ਜੀ, ਕੀਪਤਾ ਬੁਢਾਪਾ ਆਉਣਾ ਹੈ ਕਿ ਨਹੀਂ ਆਉਣਾ, ਬੁਢਾਪਾ ਕਿੰਨੇ ਵੇਖਿਆ, ਆਉਣ ਵਾਲਾ ਕੱਲ੍ਹ ਕਿੰਨੇ ਵੇਖਿਆ। ਸੋ ਜੋ ਵੀ ਕਰਨਾ ਹੈ ਨਾ, ਅੱਜ ਹੀ ਕਰਨਾ ਹੈ। ਆਪਾਂ ਇਹ ਨਹੀਂ ਕਹਿੰਦੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਭੁਗਤਾਉਣੀਆਂ। ਜੋ ਵੀ ਪਰਿਵਾਰ ਮਿਲਿਆ, ਇਹ ਪਰਿਵਾਰ ਦੀਆਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਗਤਾਉਣੀਆਂ ਨੇ। ਕੰਮ ਧੰਦੇ ਕਰਨੇ ਆ, ਕਾਰੋਬਾਰ ਕਰਨੇ ਆ, ਧੀਆਂ ਪੁੱਤਰਾਂ ਨੂੰ ਪਾਲਣਾ ਹੈ, ਪਰ ਨਾਲ ਨਾਲ ਚੰਗੇ ਕੰਮ ਵੀ ਕਰਨੇ ਆ। ਜੇ ਪਾਠ ਪੂਜਾ ਨਹੀਂ ਕਰ ਸਕਦੇ ਤਾਂ ਚੰਗੇ ਕੰਮ ਤਾਂ ਕਰ ਸਕਦੇ ਹਾਂ ਨਾ। ਚੰਗੇ ਕੰਮ ਕਰਨ ਦੇ ਲਈ ਹੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਰਤੀ 'ਤੇ ਭੇਜਿਆ ਹੈ। ਜਦੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਵਧਣੇ ਸ਼ੁਰੂ ਹੋ ਗਏ ਤਾਂ ਫਿਰ ਸਮਝੋ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਅੰਗ ਸੰਗ ਨੇ। ਨੇਕ ਕੰਮ ਹੀ ਅਸਲ ਬੰਦਗੀ ਆ। ਰੱਬ ਦਾ ਪ੍ਰੇਮ ਪਿਆਰ ਹਾਸਲ ਕਰਨਾ ਤਾਂ ਫਿਰ ਨੇਕ ਕੰਮ ਤਾਂ ਕਰਨੇ ਹੀ ਪੈਣੇ ਆ। ਅਤੇ ਜਿਸ ਦਿਨ ਵੀ ਆਪਾਂ ਨੇਕ ਕੰਮ ਕਰਨੇ ਸ਼ੁਰੂ ਕਰ ਦਿੱਤੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਆਪੇ ਹੀ ਆਪਣੇ ਕੋਲ ਬਿਠਾ ਲਿਆ ਕਰਨਾ। ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰਬਾਣੀ ਦਾ ਪਾਠ ਕੀ ਆ? ਆਪਾਂ ਗੁਰੂ ਦਾ ਗਿਆਨ ਕਹਿੰਦੇ ਹਾਂ ਤਾਂ ਗੁਰੂ ਦਾ ਗਿਆਨ ਗੁਰੂ ਦੀਆਂ ਗੱਲਾਂ ਨੇ। ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਸਾਡੇ ਨਾਲ ਗੱਲਾਂ ਕਰਦੇ ਨੇ। ਗੱਲਾਂ ਉਦੋਂ ਹੀ ਕਰਦੇ ਹਾਂ ਨਾ ਜਦੋਂ ਕੋਲ ਬਿਠਾਉਂਦੇ ਨੇ। ਪਹਿਲਾਂ ਆਪਾਂ ਗੁਟਕਾ ਸਾਹਿਬ ਹੱਥ ਵਿੱਚ ਫੜਦੇ ਹਾਂ, ਸਮਝੋ ਆਪਣੇ ਗੁਰੂ ਦੇ ਕੋਲ ਬੈਠ ਗਏ। ਗੁਰੂ ਘਰੇ ਜਾਂਦੇ ਹਾਂ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਗੁਰੂ ਦੇ ਕੋਲ ਬੈਠੇ ਹਾਂ। ਜਦੋਂ ਗੁਰਬਾਣੀ ਦਾ ਪਾਠ ਕਰ ਰਹੇ ਹੁੰਦੇ ਹਾਂ ਜਾਂ ਸੁਣ ਰਹੇ ਹੁੰਦੇ ਹਾਂ, ਸਮਝੋ ਆਪਣੇ ਗੁਰੂ ਦੇ ਨਾਲ ਗੱਲਾਂ ਕਰ ਰਹੇ ਹਾਂ। ਤਾਂ ਜਦੋਂ ਆਪਾਂ ਨੇਕ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਸਾਨੂੰ ਆਪਣੇ ਕੋਲ ਬਿਠਾਉਣਾ ਹੈ, ਸਾਡੇ ਨਾਲ ਗੱਲਾਂ ਕਰਨੀਆਂ ਨੇ, ਸਾਡੀਆਂ ਗੱਲਾਂ ਸੁਣਨੀਆਂ ਨੇ। ਤਾਂ ਫਿਰ ਆਪਾਂ ਨੇਕ ਕੰਮਾਂ ਵੱਲ ਧਿਆਨ ਤਾਂ ਦੇ ਸਕਦੇ ਹਾਂ ਨਾ। ਜੇਕਰ ਅਜੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਭਜਨ ਬੰਦਗੀ ਨਹੀਂ ਕੀਤੀ ਜਾਂਦੀ, ਤਾਂ ਨੇਕ ਕੰਮ ਤਾਂ ਆਪਾਂ ਕਰ ਸਕਦੇ ਹਾਂ। ਜ਼ਿੰਦਗੀ ਦੇ ਵਿੱਚ ਝਾਤ ਮਾਰੀਏ ਕਿ ਕਦੇ ਕਿਸੇ ਰੋਂਦੇ ਹੋਏ ਨੂੰ ਹਸਾਇਆ, ਕਦੇ ਕਿਸੇ ਦੀਨ ਦੁਖੀ ਦੀ ਮਦਦ ਕੀਤੀ ਆ, ਕਿਸੇ ਟੁੱਟੇ ਨੂੰ ਜੋੜਿਆ ਹੈ, ਕਿਸੇ ਦੀ ਖੁਸ਼ੀ ਦੇ ਵਿੱਚ ਖੁਸ਼ ਹੋਏ ਹਾਂ, ਕਿਸੇ ਦੇ ਦੁੱਖ ਨੂੰ ਵੰਡਾਇਆ ਹੈ। ਇਹ ਸਾਰੇ ਸਵਾਲ ਸਾਨੂੰ ਆਪਣੇ ਆਪ ਨੂੰ ਕਰਨੇ ਚਾਹੀਦੇ ਨੇ। ਇੱਦਾਂ ਹੀ ਨੇਕ ਕਮਾਈ ਵਧੇਗੀ, ਇੱਦਾਂ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਇਸ ਧਰਤੀ ਦੇ ਉੱਤੇ ਆ ਕੇ ਕੀ ਕਰ ਰਹੇ ਹਾਂ। ਜੇ ਕੋਈ ਗਲਤੀ ਕੀਤੀ ਹੈ, ਗਲਤੀ ਨੂੰ ਕਰਕੇ ਮੰਨ ਲੈਣਾ, ਜੇ ਕਿਸੇ ਦਾ ਦਿਲ ਦੁਖਾਇਆ ਹੈ, ਉਹ ਗਲਤੀ ਨੂੰ ਸਵੀਕਾਰ ਕੇ ਉਸ ਬੰਦੇ ਤੋਂ ਮਾਫ਼ੀ ਮੰਗ ਲੈਣੀ, ਅਤੇ ਜੇਕਰ ਤੁਹਾਡਾ ਕਿਸੇ ਨੇ ਦਿਲ ਦੁਖਾਇਆ ਹੈ, ਉਹਨੂੰ ਮਾਫ਼ ਕਰ ਦੇਣਾ, ਇਹ ਵੀ ਬਹੁਤ ਵੱਡਾ ਗੁਣ ਆ, ਬਹੁਤ ਵੱਡੇ ਪੁੰਨ ਦਾ ਕੰਮ ਆ। ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਲੋਕਾਂ ਨੂੰ ਲੱਗਦਾ ਮਾਫ਼ੀ ਮੰਗਣ ਵਾਲਾ ਅਤੇ ਮਾਫ਼ ਕਰਨ ਵਾਲਾ ਡਰਪੂਕ ਆ ਜਾਂ ਕਮਜ਼ੋਰ ਹੁੰਦਾ ਹੈ, ਪਰ ਨਾ ਜੀ, ਉਹੀ ਅਸਲ ਤਾਕਤਵਰ ਆ। ਸੋ ਆਪਾਂ ਵੀ ਇਹਨਾਂ ਗੱਲਾਂ ਵੱਲ ਧਿਆਨ ਦੇਈਏ, ਰੋਜ਼ਾਨਾ ਦੇ ਕੰਮਾਂ ਵੱਲ ਧਿਆਨ ਦੇਈਏ। ਜਦੋਂ ਆਪਾਂ ਰੋਜ਼ ਰੋਜ਼ ਦੇ ਕੰਮਾਂ ਕਾਰਾਂ ਵੱਲ ਧਿਆਨ ਦੇਵਾਂਗੇ ਕਿ ਪੂਰੇ ਦਿਨ ਦੇ ਵਿੱਚ ਮੈਂ ਕਿੰਨੇ ਚੰਗੇ ਕੰਮ ਕੀਤੇ, ਕਿੰਨੇ ਮਾੜੇ ਕੰਮ ਕੀਤੇ, ਤਾਂ ਆਪਣੇ ਆਪ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਵੇਗਾ, ਸਾਡੇ ਨੇਕ ਕੰਮਾਂ ਦੀ ਗਿਣਤੀ ਵਧੇਗੀ, ਸਾਡੀਆਂ ਮਾੜੀਆਂ ਆਦਤਾਂ ਨੂੰ ਅਸੀਂ ਛੱਡਦੇ ਜਾਵਾਂਗੇ। ਅਤੇ ਜਿਵੇਂ ਜਿਵੇਂ ਮਾੜੀਆਂ ਆਦਤਾਂ ਛੁੱਟਣਗੀਆਂ, ਨੇਕ ਕੰਮ ਵਧਣਗੇ, ਤਿਉਂ ਤਿਉਂ ਅਸੀਂ ਗੁਰੂ ਚਰਨਾਂ ਨੇੜੇ ਹੁੰਦੇ ਜਾਵਾਂਗੇ।